ਸ਼੍ਰੀ ਮੁਕਤਸਰ ਸਾਹਿਬ ਵਿਖੇ ਮੁਕਤਸਰ ਜਲਾਲਾਬਾਦ ਰੋਡ ਤੋਂ ਮੁਕਤਸਰ ਰਾਜਬਾਹਾ ਗੁਜਰਦਾ ਹੈ ਅਤੇ ਅੱਜ ਜਦੋਂ ਪਹਿਲੀ ਬਾਰਿਸ਼ ਹੋਈ ਤਾਂ ਪਹਿਲੀ ਬਾਰਿਸ਼ ਤੋਂ ਬਾਅਦ ਇਹ ਰਜ਼ਬਾਹੇ ਦਾ ਇੱਕ ਪਾਸਾ ਟੁੱਟ ਗਿਆ ਜੋ ਕਿ ਕੋਟਲੀ ਰੋਡ ਦੇ ਨਾਲ ਲੱਗਦਾ ਹੈ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਰਜ਼ਬਾਹਾ ਹੁਣ ਕਾਫੀ ਸਮੇਂ ਬਾਅਦ ਇਹਦਾ ਪਾਣੀ ਜਿਹੜਾ ਉਹ ਘਟਾ ਦਿੱਤਾ ਗਿਆ ਕਿਉਂਕਿ ਰਜ਼ਬਾਹਾ ਅਚਾਨਕ ਟੁੱਟਣ ਦੇ ਕਾਰਨ ਕੋਟਲੀ ਰੋਡ ਦੇ ਨਾਲ ਲੱਗਦੀ ਬਸਤੀ ਦੇ ਵਿੱਚ ਇਹ ਪਾਣੀ ਕਰ ਸਕਦਾ ਸੀ ਕਿਉਂਕਿ ਖੇਤ ਦੇ ਨਾਲ ਲੱਗਦਾ ਜਿਹੜਾ ਇਹ ਤੁਸੀਂ ਦੇਖ ਸਕਦੇ ਹੋ ਦ੍ਰਿਸ਼ ਖੇਤ ਦੇ ਬਿਲਕੁਲ ਨਾਲ ਲੱਗਦਾ ਰਜ਼ਬਾਹਾ ਜਿੱਥੋਂ ਗੁਜ਼ਰਦਾ ਤਾਂ ਉੱਥੇ ਅਚਾਨਕ ਜਦੋਂ ਅੱਜ ਤੇਜ਼ ਹਵਾਵਾਂ ਚੱਲੀਆਂ ਅਤੇ ਅਚਾਨਕ ਜਦੋਂ ਤੇਜ਼ ਹਵਾਵਾਂ ਅਤੇ ਬਾਰਿਸ਼ ਦੇ ਕਾਰਨ ਜਿਹੜਾ ਉਸ ਸਫੈਦੇ ਦਾ ਇੱਕ ਦਰਖਤ ਜਿਹੜਾ ਜੋ ਕਿ ਰਜ਼ਬਾਹੇ ਦੇ ਕਿਨਾਰੇ ਲੱਗਿਆ ਹੋਇਆ ਸੀ ਉਹ ਡਿੱਗ ਪਿਆ ਅਤੇ ਇਸਦੇ ਡਿੱਗਣ ਦੇ ਕਾਰਨ ਇੱਕ ਵੱਡਾ ਪਾੜ ਜਿਹੜਾ ਉਹ ਪੈ ਗਿਆ। ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਬਸਤੀ ਦੇ ਲੋਕਾਂ ਨੇ ਆਪ ਇਕੱਤਰ ਹੋ ਕੇ ਜਿਹੜਾ ਇੱਥੇ ਸਾਰੇ ਪ੍ਰਬੰਧ ਕੀਤੇ, ਉਸ ਤੋਂ ਬਾਅਦ ਇਹਨੂੰ ਜਿਹੜਾ ਹੈਗਾ ਇਸਦੇ ਪਾਣੀ ਦੇ ਲੈਵਲ ਨੂੰ ਵਿਭਾਗ ਵੱਲੋਂ ਘਟਾਇਆ ਗਿਆ। ਤੁਸੀਂ ਦੇਖ ਸਕਦੇ ਹੋ ਕਿ ਹੁਣ ਸੂਏ ਦੇ ਜਿਹੜਾ ਪਾਣੀ ਦਾ ਲੈਵਲ ਹੈ ਉਹ ਵੀ ਜਿਹੜਾ ਉਹ ਕਾਫੀ ਘੱਟ ਚੁੱਕਿਆ ਹੈਗਾ ਤਾਂ ਜੋ ਪਾਣੀ ਅੱਗੇ ਮਾਰ ਨਾ ਕਰੇ, ਪਰ ਫਿਲਹਾਲ ਜਿਹੜਾ ਉਹ ਫਸਲ ਜਿਹੜੀ ਨਾਲ ਲੱਗਦੀ ਸੀ ਉਸ 'ਚ ਪਾਣੀ ਜਿਹੜਾ ਉਹ ਕਾਫੀ ਵੱਡੀ ਤਾਦਾਦ ਦੇ ਵਿੱਚ ਜਿਹੜਾ ਉਹ ਜਾ ਚੁੱਕਿਆ ਹੈ। ਤਸਵੀਰਾਂ ਸ਼੍ਰੀ ਮੁਕਤਸਰ ਸਾਹਿਬ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਮੁਕਤਸਰ ਰਜ਼ਬਾਹਾ ਜਿਹੜਾ ਉਹ ਟੁੱਟਣ ਦੇ ਕਾਰਨ ਇੱਕ ਪਾੜ ਪਿਆ ਔਰ ਪਾਣੀ ਜਿਹੜਾ ਨਾਲ ਲੱਗਦੇ ਕੋਟਲੀ ਰੋਡ ਦੇ ਉੱਤੇ ਕਾਫੀ ਵੱਡੀ ਤਾਦਾਦ ਦੇ ਵਿੱਚ ਜਿਹੜਾ ਉਹ ਮਾਰ ਕਰ ਗਿਆ। ਫਿਲਹਾਲ ਦੱਸ ਦਈਏ ਕਿਉਂਕਿ ਸਮੇਂ ਸਿਰ ਇਹਦੇ 'ਤੇ ਕਿਤੇ ਨਾ ਕਿਤੇ ਕਾਬੂ ਪਾ ਲਿਆ ਗਿਆ ਕਿਉਂਕਿ ਬਸਤੀ ਦੇ ਲੋਕ ਜਿਹੜੇ ਨੇ ਉਹ ਇਕੱਤਰ ਹੋਏ ਨੇ ਉੱਥੇ। ਜਿਹੜੇ ਅਸੀਂ ਜੇ ਕਹੀਏ ਗੱਲ ਕਰੀਏ ਤਾਂ ਥਾਣਾ ਸਦਰ ਦੀ ਪੁਲਿਸ ਤੋਂ SHO ਔਰ ਪੁਲਿਸ ਕਰਮੀ ਪਹੁੰਚੇ ਜਿਨ੍ਹਾਂ ਵੱਲੋਂ ਮੁਸ਼ਕਤ ਕਰਨ ਤੋਂ ਬਾਅਦ ਇਸ 'ਤੇ ਇੱਕ ਵਾਰ ਕਾਬੂ ਪਾ ਲਿਆ ਗਿਆ ਔਰ ਵਿਭਾਗ ਵੱਲੋਂ ਪਾਣੀ ਦਾ ਲੈਵਲ ਜਿਹੜਾ ਉਹ ਘਟਾ ਦਿੱਤਾ ਗਿਆ। ਔਰ ਫਿਲਹਾਲ ਜਿਹੜਾ ਇਸ ਦੇ ਵਿੱਚ ਕੋਈ ਅਸੀਂ ਕਹਿ ਦਈਏ ਕਿ ਘਰੇਲੂ ਪਾਸੇ ਜਿੱਧਰ ਘਰ ਨੇ ਘਰਾਂ ਵਾਲੇ ਪਾਸੇ ਪਾਣੀ ਨਹੀਂ ਗਿਆ ਜਿਸ ਕਰਕੇ ਨੁਕਸਾਨ ਤੋਂ ਬਚਾਅ ਹੋ ਗਿਆ। ਔਰ ਫਿਲਹਾਲ ਜਿਹੜਾ ਪਾਣੀ ਦਾ ਲੈਵਲ ਘਟਾ ਦਿੱਤਾ ਗਿਆ ਔਰ ਇੱਕ ਵਾਰ ਆਰਜੀ ਬੰਨ ਜਿਹੜਾ ਉਹ ਲੋਕਾਂ ਵੱਲੋਂ ਲਗਾ ਦਿੱਤਾ ਗਿਆ। ਕੀ ਨਾਂ ਤੁਹਾਡਾ? ਕਿਹੜਾ ਮਹੱਲਾ ਇਹ? ਜਸਪਾਲ ਸਿੰਘ ਜੀ। ਤੁਹਾਡਾ ਕਿਹੜਾ? ਗੋਲਡਨ ਬਸਤੀ। ਕੀ ਪਾਣੀ ਕਿੰਨਾ ਕੁ ਆ ਗਿਆ? ਪਾਣੀ ਬਹੁਤ ਆ ਗਿਆ ਜੀ, ਸਾਰਾ ਮਹੱਲਾ ਡੁੱਬ ਗਿਆ, ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਮੰਨ ਕੇ ਚੱਲੋ ਵੀ ਸਾਰੀ ਪੈਲੀਆਂ ਪੂਲੀਆਂ ਸਾਰੇ ਵਿੱਚੋਂ ਪਾਣੀ ਆ ਗਿਆ, ਸਾਡੇ ਘਰ ਬਾਰ ਨੂੰ ਸਾਰਿਆਂ ਨੂੰ ਨੁਕਸਾਨ ਹੈ। ਕੀ ਮੰਗ ਕਰਦੇ ਹੋ? ਮੰਗ ਇਹੀ ਹੈ ਜੀ, ਪਾਣੀ ਬੰਦ ਹੋਵੇ, ਜੋ ਸਾਡਾ ਵੀ ਜੋ ਵੀ ਪਾਣੀ ਹੈ ਇਹਦਾ ਵਿਕਾਸ ਹੋਵੇ, ਪਾਣੀ ਇੱਥੋਂ ਨਿਕਲਦਾ ਹੋਵੇ। ਮੇਰਾ ਨਾਮ ਮਹਿੰਦਰ ਚੌਧਰੀ, MC ਵਾਰਡ ਨੰਬਰ 28। ਅੱਜ ਸਾਡੇ 7 ਵਜੇ ਸੂਆ ਟੁੱਟਿਆ ਜੀ, ਸਾਨੂੰ 2 ਘੰਟੇ ਹੋ ਗਏ ਆਪ ਹੀ ਅਸੀਂ ਪਾਣੀ ਦਾ ਨਿਕਾਸ ਕੱਢੀ ਜਾਂਦੇ ਹਾਂ, ਪਰ ਪ੍ਰਸ਼ਾਸਨ 2 ਘੰਟੇ ਹੋ ਗਏ ਕੋਈ ਵੀ ਇੱਥੇ ਮੁਲਾਜ਼ਮ ਨਹੀਂ ਆਇਆ ਅਤੇ ਸੂਬੇ ਪਾਣੀ ਜਿਹੜਾ ਸਾਡੀ ਸਾਰੀ ਬਸਤੀ ਡੁੱਬ ਜੂਗੀ। ਨਿੱਕੇ ਨਿੱਕੇ ਜਵਾਕ ਹੈ ਜੀ, ਪ੍ਰਸ਼ਾਸਨ ਅੱਗੇ ਬੇਨਤੀ ਹੈ ਵੀ ਆ ਕੇ ਸੂਬਾ ਬੰਦ ਕਰਨ ਜੋ ਘਰਾਂ ਦਾ ਬਚਾਅ ਹੋ ਸਕੇ, ਅਤੇ ਸਾਡੇ ਨਿੱਕੇ ਨਿੱਕੇ ਬੱਚੇ ਡੁੱਬ ਜਾਣਗੇ ਪਾਣੀ 'ਚ ਅਤੇ ਜਾਨੀ ਨੁਕਸਾਨ ਹੋ ਸਕਦਾ ਜੀ। ਸਰ ਇਹ ਕਦੋਂ ਟੁੱਟਿਆ ਜੀ? ਇਹ ਹੁਣੇ ਜੀ, ਥੋੜ੍ਹੇ ਸਮਾਂ ਪਹਿਲਾਂ ਇੱਧਰ ਹੀ ਇਨਫੋਰਮੇਸ਼ਨ ਮਿਲੀ ਜੀ ਕਿ ਸੂਬਾ ਟੁੱਟ ਗਿਆ, ਮੌਕੇ 'ਤੇ ਆਏ ਹਾਂ ਅਤੇ ਥਰੂ PCR ਸਾਡੇ ਜੀ ਮੌਕੇ 'ਤੇ ਮਹਿਕਮੇ ਨੂੰ ਡਿਪਾਰਟਮੈਂਟ ਨੂੰ ਇਹਨਾਂ ਨੂੰ ਨੋਟ ਕਰਾ ਦਿਓ ਮੈਂ ਕਰਾਉਣੇ ਜੀ। ਜਨਤਾ ਨਾਲ ਲਾਦੇ ਮੁੰਡੇ ਜੀ ਆਈ ਜਾਂਦੇ ਆ, ਨਾਲ ਗੱਟੇ ਗੁੱਟੇ ਲੈਣ ਭੇਜਦੇ, ਮੈਂ ਪਾਣੀ 'ਚ ਭਰ ਕੇ ਮਿੱਟੀ 'ਤੇ ਲਵਾ ਦਿੰਦੀ।